ਦੋਸਤੋ ਤਰੀਕ ਆ ਜੀ 14 ਮਾਰਚ ਦਿਨ ਵੀਰਵਾਰ, ਹਜੇ 12:30 ਹੋਏ ਨੇ ਅਤੇ 30 ਪਾਸਪੋਰਟ ਹੋਰ ਰਿਸੀਵ ਕੀਤੇ ਨੇ। 5 ਉਹਦੇ ਵਿੱਚ ਓਪਨ ਵਰਕ ਪਰਮਿਟ ਦੇ ਪਾਸਪੋਰਟ ਆਏ ਨੇ, ਨਵੰਬਰ ਮਹੀਨੇ ਦੇ ਅਪਲਾਈ ਹੋਏ ਹੋਏ ਕੇਸ ਸੀ। 13 ਪਾਸਪੋਰਟ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਨੇ ਅਤੇ 12 ਪਾਸਪੋਰਟ ਵਿਜ਼ਟਰ ਵੀਜ਼ਾ ਨਾਲ ਸੰਬੰਧਿਤ ਨੇ। ਇਹ 12 ਪਾਸਪੋਰਟ ਉਹ ਨੇ ਜਿਹੜੇ ਬੱਚਿਆਂ ਦੇ ਕੋਲ ਉਹਨਾਂ ਦੇ ਭੈਣ ਭਰਾ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਕੈਨੇਡਾ ਮਿਲਣ ਚੱਲੇ ਨੇ। ਦੋਸਤੋ ਹਰ ਵਾਰ ਦੀ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਰਿਜ਼ਲਟਸ ਦੀ ਜਿੱਥੇ ਗੱਲ ਆਊਗੀ, ਕੈਨੇਡਾ ਦੇ ਰਿਜ਼ਲਟਸ ਦੀ ਜਿੱਥੇ ਗੱਲ ਆਊਗੀ, ਤਾਂ ਮੈਕਰੋ ਗਲੋਬਲ ਮਹਿਜ਼ ਇੱਕੋ ਇੱਕ ਅਜਿਹੀ ਸੰਸਥਾ ਇੰਡੀਆ ਦੀ ਜਿਹੜੀ ਤੁਹਾਨੂੰ ਏ ਟੂ ਜ਼ੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਕੈਨੇਡਾ ਨਾਲ ਸੰਬੰਧਿਤ ਤੁਹਾਨੂੰ ਪ੍ਰੋਵਾਈਡ ਕਰੂਗੀ। ਤੁਹਾਡੇ ਬੱਚਿਆਂ ਨੂੰ ਆਇਲਸ ਪੀ ਟੀ ਈ ਕਰਾਉਣ ਤੋਂ ਲੈ ਕੇ ਸਟੂਡੈਂਟ ਵੀਜ਼ਾ ਦੀ ਗਾਈਡਲਾਈਨਸ, ਕੈਨੇਡਾ ਪਹੁੰਚਣ ਤੋਂ ਬਾਅਦ ਉਹਨਾਂ ਦੇ ਉੱਥੇ ਪੱਕੇ ਹੋਣ ਤੱਕ ਦਾ ਸਫ਼ਰ, ਉਹਨਾਂ ਦੇ ਸਪਾਊਸ ਦਾ ਓਪਨ ਵਰਕ ਪਰਮਿਟ, ਉਹਨਾਂ ਦੇ ਪੇਰੈਂਟਸ ਦਾ ਸਟੂਡੈਂਟ ਵੀਜ਼ਾ ਸੁਪਰ ਵੀਜ਼ਾ, ਜਿਹੜੇ ਪੱਕੇ ਬੱਚੇ ਨੇ ਸਾਡੇ ਉਹ ਵਿਆਹ ਕਰਾਉਣ ਆਉਂਦੇ ਨੇ, ਉਹਨਾਂ ਦੇ ਸਪਾਊਸ ਦਾ ਸਪਾਊਸਲ ਡਿਪੈਂਡੈਂਟ, ਕੈਨੇਡਾ ਪਹੁੰਚਾਉਣ ਤੱਕ ਦੀ ਹਰ ਜ਼ਿੰਮੇਵਾਰੀ, ਕੈਨੇਡਾ ਇਨਸਾਈਡ ਕੈਨੇਡਾ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਤੁਹਾਡੇ ਬੱਚੇ ਫੇਸ ਕਰਦੇ ਨੇ, ਉਹ ਸਾਡੇ ਆਰ ਸੀ ਆਈ ਸੀ ਮੈਂਬਰਸ ਹਰ ਟਾਈਮ ਉੱਥੇ ਅਵੇਲੇਬਲ ਨੇ ਉਹਨਾਂ ਦੀਆਂ ਉਹਨਾਂ ਮੁਸ਼ਕਲਾਂ ਦਾ ਹੱਲ ਲੱਭਣ ਲਈ। ਦੋਸਤੋ ਓਪਨ ਵਰਕ ਪਰਮਿਟ ਦੀ ਜੇ ਗੱਲ ਕਰਾਂ ਤਾਂ 5 ਪਾਸਪੋਰਟ ਰਿਸੀਵ ਹੋਏ ਨੇ, ਨਵੰਬਰ ਮਹੀਨੇ ਦੇ ਕੇਸ ਨੇ। ਕਈ ਜ਼ਿਆਦਾਤਰ ਜਿਹੜੀ ਫੰਡਸ ਦੀ ਪਾਲਿਸੀਜ਼ ਦੇ ਵਿੱਚ ਚੇਂਜਿਸ ਆਈਆਂ ਸੀ ਉਹ ਆਈਆਂ ਦਸੰਬਰ ਦੇ ਵਿੱਚ। ਵੀਜ਼ਾ ਆਫਿਸਰ ਮੈਕਸੀਮਮ ਕੇਸਿਸ ਨੂੰ ਪੁਰਾਣੇ, ਕਿਉਂਕਿ ਜਿਹੜੇ ਪਹਿਲਾਂ ਅਪਲਾਈ ਹੋਏ ਨੇ ਪਾਲਿਸੀ ਚੇਂਜ ਹੋਣ ਤੋਂ, ਉਹਨਾਂ ਨੂੰ ਪੁਰਾਣੇ ਸਿਸਟਮ ਆਧਾਰ ਬਣਾ ਕੇ ਹੀ ਪੁਰਾਣੇ ਰੂਲਸ ਐਂਡ ਰੈਗੂਲੇਸ਼ਨ ਦੇ ਆਧਾਰ ਦੇ ਉੱਤੇ ਹੀ ਵੈਲੂਏਟ ਕਰਨਾ ਹਾਈ ਕਮਿਸ਼ਨ ਆਫ ਕੈਨੇਡਾ ਦਾ ਫਰਜ਼ ਆ, ਡਿਊਟੀ ਆ, ਐਂਡ ਕਰਦੇ ਆ, ਵੀਜ਼ਾ ਵੀ ਦੇ ਰਹੇ ਆ। ਪਰ ਕੁਝ ਕੇਸਿਸ ਨੂੰ ਫੰਡਸ ਦੇ ਉੱਤੇ ਰਿਫਿਊਜ਼ਲ ਦੇ ਰਹੇ ਨੇ, ਈਵਨ ਕਿ ਜਸਟੀਫਾਈਏਬਲ ਪੁਰਾਣੇ ਫੰਡਸ ਦੇ ਹੋਣ ਦੇ ਬਾਵਜੂਦ ਵੀ ਅੱਜ ਸਾਡੀ ਇੱਕ ਰਿਫਿਊਜ਼ਲ ਆਈ ਆ। ਪੁਰਾਣੇ ਫੰਡ ਸੀ 7 ਲੱਖ 8 ਲੱਖ ਦਾ ਫੰਡ ਸੀ, ਨਵੰਬਰ ਮਹੀਨੇ 'ਚ ਹੀ ਕੇਸ ਅਪਲਾਈ ਹੋਇਆ ਸੀ, ਬਟ ਉਹਦੇ ਉੱਤੇ ਵੀ ਫੰਡਸ ਦੇ ਐਲੀਗੇਸ਼ਨ ਲਾ ਕੇ ਉਹਨਾਂ ਨੂੰ ਰਿਫਿਊਜ਼ ਕਰਦਾ ਕਿ ਤੁਹਾਡੇ ਫੰਡਸ ਜਿਹੜੇ ਹੈਗੇ ਆ ਉਹ ਘੱਟ ਆ। ਸੋ ਨਹੀਂ ਕੁਛ ਕਹਿ ਸਕਦੇ, ਹਾਈ ਕਮਿਸ਼ਨ ਆ, ਵੀਜ਼ਾ ਆਫਿਸਰ ਫੁੱਲ ਫਲੈਜ ਅਥਾਰਿਟੀ ਆ, ਰੀਅਪਲਾਈ ਹੀ ਕਰ ਸਕਦੇ ਹਾਂ, ਪਰ ਰੀਅਪਲਾਈ ਲਈ ਦੁਬਾਰਾ ਸਾਰਾ ਕੁਛ ਕਰਨਾ ਹੋਊਗਾ, ਨਵੇਂ ਸਿਰੇ ਫੰਡ ਅਰੇਂਜ ਕਰਨੇ ਹੋਣਗੇ। ਸੋ ਇੱਕ ਪ੍ਰੋਸੈਸ ਤਾਂ ਹੈ ਜਿਹੜਾ ਤੁਹਾਨੂੰ ਫੋਲੋ ਕਰਨਾ ਪੈਂਦਾ, ਪਰ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਆ ਉਹਦੀਆਂ ਪਾਵਰਸ ਦਾ ਅੰਤ ਹੋ ਜਾਂਦਾ, ਉਹ ਤੋਂ ਗਾਂਹ ਉਹਦੀਆਂ ਪਾਵਰਸ ਨਹੀਂ ਚੱਲਦੀਆਂ। ਉਹਦੇ ਕੋਲ ਉਨਾ ਚਿਰ ਹੀ ਉਹਦਾ ਤਜਰਬਾ ਅਤੇ ਉਹਦੀ ਜ਼ੋਰ ਉਹਦੀ ਮਿਹਨਤ ਉਨਾ ਚਿਰ ਹੀ ਆ ਜਿੰਨਾ ਚਿਰ ਉਹ ਫਾਈਲ ਨੂੰ ਹਾਈ ਕਮਿਸ਼ਨ 'ਚ ਨਹੀਂ ਭੇਜ ਦਿੰਦਾ। ਉਸ ਤੋਂ ਬਾਅਦ ਮਹਾਰਾਜ ਨੇ ਜਿੱਥੋਂ ਦਾ ਦਾਣਾ ਪਾਣੀ ਲਿਖਿਆ ਜਦੋਂ ਦਾ ਲਿਖਿਆ ਉੱਥੇ ਰਹਿ ਕੇ ਛਕਣਾ ਪੈਂਦਾ। ਸੋ ਦੋਸਤੋ ਅਸੀਂ ਤੁਹਾਡੇ ਅਤੀ ਧੰਨਵਾਦੀ ਹਾਂ ਕਿ ਤੁਸੀਂ ਇੰਨਾ ਵਿਸ਼ਵਾਸ ਕਰਦੇ ਹੋ, ਇੰਨਾ ਪਿਆਰ ਦਿੰਦੇ ਹੋ ਕਿ ਤੁਸੀਂ, ਸਭ ਤੋਂ ਵੱਡੀ ਗੱਲ ਇੱਕ ਪੇਰੈਂਟ ਲਈ, ਇੱਕ ਪੇਰੈਂਟਸ ਲਈ ਇਹ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਦਾ ਫਿਊਚਰ ਇਸ ਚੀਜ਼ ਦੇ ਉੱਤੇ ਖੜਾ ਹੁੰਦਾ, ਉਹਨਾਂ ਦਾ ਪੈਸਾ, ਉਹਨਾਂ ਦਾ ਬੱਚਿਆਂ ਦਾ ਫਿਊਚਰ, ਬੱਚਿਆਂ ਦਾ ਭਵਿੱਖ, ਅਤੇ ਕਿਸੇ ਅਣਜਾਣ ਇਨਸਾਨ ਨੂੰ ਉਹ ਅਥੋਰਿਟੀ ਦੇਣੀ ਕਿ ਤੁਸੀਂ ਸਾਡੇ ਬੱਚਿਆਂ ਦੇ ਭਵਿੱਖ ਵਿੱਚ ਬਣਦਾ ਆਪਦਾ ਯੋਗਦਾਨ ਪਾਓ, ਸਾਨੂੰ ਦੱਸੋ ਕਿ ਅਸੀਂ ਕੈਨੇਡਾ ਕਿਵੇਂ ਆਪਦੇ ਬੱਚਿਆਂ ਨੂੰ ਭੇਜੀਏ, ਕਿੱਥੇ ਭੇਜੀਏ। ਇੱਕ ਵੱਡਾ ਫੈਸਲਾ ਹੁੰਦਾ ਅਤੇ ਤੁਸੀਂ ਸਾਡੇ 'ਤੇ ਭਰੋਸਾ ਕਰਦੇ ਹੋ, ਤੁਹਾਡੇ ਭਰੋਸੇ ਸਦਕਾ ਹੀ ਹਰ ਰੋਜ਼ ਸੈਂਕੜੇ ਪਾਸਪੋਰਟ ਮੈਂ ਡਿਲੀਵਰ ਕਰਦਾ। ਸਿਰਫ ਇਹ ਤੁਹਾਡਾ ਪਿਆਰ ਆ, ਤੁਹਾਡਾ ਸਤਿਕਾਰ ਆ, ਜਿਨ੍ਹਾਂ ਨੇ ਸਾਨੂੰ ਇੰਨੀ ਯੋਗਤਾ ਬਖਸ਼ੀ ਹੈ ਇਸ ਜਗ੍ਹਾ 'ਤੇ ਆਏ ਹਾਂ, ਤਾਂ ਅਸੀਂ ਵੀ ਕੋਸ਼ਿਸ਼ ਕਰਦੇ ਰਹਾਂਗੇ ਕਿ ਤੁਹਾਡੇ ਵੱਲੋਂ ਦਿੱਤੇ ਗਏ ਪਿਆਰ ਦਾ, ਤੁਹਾਡੇ ਵੱਲੋਂ ਕੀਤੇ ਗਏ ਭਰੋਸੇ ਦਾ ਹਮੇਸ਼ਾ ਮਾਣ ਰੱਖੀਏ, ਤੁਹਾਨੂੰ ਚੰਗੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਰਹੀਏ। ਧੰਨਵਾਦ।